ਜਿੱਥੇ ਅਸੀਂ ਕੰਮ ਕਰਵਾਏ ਦੇ ਆ ਜੀ ਜੀ ਵੋਟਾਂ ਤੋਂ ਕੋਈ ਨਹੀਂ ਕੱਟੇ ਸਭ ਸਾਡੇ ਸਾਰੇ ਘੱਟ ਦਿੱਤੇ ਜੀ ਤੁਸੀਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਮਨਦੀਪ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਟੀ ਆਰ ਐਮ ਨਿਊਜ਼ ਦੇ ਖਾਸ ਪ੍ਰੋਗਰਾਮ ਫੇਸ ਟੂ ਫੇਸ ਇਸ ਪ੍ਰੋਗਰਾਮ ਰਾਹੀਂ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ ਅੱਜ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਹਨ ਪਠਾਨਕੋਟ ਸ਼ਹਿਰ ਦੇ ਐਮ ਸੀ ਵਾਰਡ ਨੰਬਰ 35 ਤੋਂ ਮੈਡਮ ਕਮਲੇਸ਼ ਜੀ ਅਤੇ ਉਹਨਾਂ ਦੇ ਬੇਟੇ ਸ਼੍ਰੀ ਰਾਜ ਕੁਮਾਰ ਜੀ ਮੈਡਮ ਅਤੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਮੈਡਮ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕਿਵੇਂ ਹੋਈ शामिल मैडम तुसी साडे दर्शकां दसो कि देखो सब तुसी दसो कि मैडम दे एमसी बनण तों बाद तुसी रल के किहड़े किहड़े काम जिहड़े सीगे अपने वार्ड दे विच करवाए आ पहल दे आधार ते पानी दी प्रॉब्लम आउंदी ओह ट्यूब लीक लगवाता नवा पाइपां वगैरह पै गईआं जी थोड़े दिनां च कनैक्शन होए ने जी बाकी टाइलां दा काम चल रिहा साडे वार्ड च सीवेज दीआं पाइपां वी चेंज हो गईआं लगभग जी टाइल्स वगैरह वी सारी लग गई है जी कांग्रेस सरकार आई है काम चजना हो नहीं रहे ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਵਾਰਡ ਦੇ ਵਿੱਚ ਕੰਮ ਸਾਡੇ ਵਾਰਡ 'ਚ ਜੀ ਲਗਭਗ 90% ਕੰਮ ਹੋ ਗਏ ਆ ਟਾਈਲਸ ਵਗੈਰਾ ਟੋਟਲੀ ਲੱਗ ਗਈ ਹੈ ਜੀ ਦੋ ਚਾਰ ਗਲੀਆਂ ਜਿਹੜੀਆਂ ਰਹਿੰਦੀਆਂ ਉਹ ਕੰਮ ਚਲੇ ਕਰਦੇ ਆ ਟੈਂਡਰ ਹੋਏ ਜੀ ਜੀ ਚਲੇ ਕਰਦੇ ਹੋਏ ਨੇ ਕੰਪਲੀਟ ਜੀ ਸਰ ਤੁਹਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਕਾਂਗਰਸ ਦੀ ਸਰਕਾਰ ਆ ਉਹ ਨਾਲ ਤੁਹਾਡਾ ਕਿਵੇਂ ਦਾ ਤਾਲਮੇਲ ਹੈ ਇਸ ਵੇਲੇ ਤੇ ਤੁਹਾਡੇ ਹਿਸਾਬ ਨਾਲ ਤੁਹਾਡੇ ਵਾਰਡ ਨੂੰ ਦੇ ਨਾਲ ਨਾਲ ਪੂਰੇ ਸ਼ਹਿਰ ਦੇ ਵਿੱਚ ਐਮਐਲਏ ਸਾਹਿਬ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੈ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਜੀ ਉਹਨਾਂ ਨੇ ਸ਼ਹਿਰ ਦੀ ਤਰੱਕੀ ਕੀਤੀ ਹੈ ਸਾਡਾ ਕਾਲਜ ਰੋਡ ਪੈਂਦਾ ਏਅਰਪੋਰਟ ਪੈਂਦਾ ਇੱਥੇ ਫਲਾਈਓਵਰ ਦਾ ਕੰਮ ਚੱਲ ਰਿਹਾ ਰੋਡ ਦਾ ਵੀ ਕੰਮ ਚੱਲ ਰਿਹਾ ਬਹੁਤ ਵਧੀਆ ਹੋ ਰਿਹਾ ਕੰਮ ਸਾਡੇ ਤੇ ਤੁਸੀਂ ਆਪਾਂ ਗੱਲ ਕਰੀਏ ਜੇ ਆਪਣੇ ਅਸ਼ਵਨੀ ਸ਼ਰਮਾ ਜੀ ਤੇ ਆਪਣੇ ਐਮਐਲਏ ਅਮਿਤ ਵੇਜ ਜੀ ਜੇ ਦੋਨਾਂ ਨੂੰ ਆਪਾਂ ਕੰਪੇਅਰ ਕਰੀਏ ਤੁਹਾਡੇ ਹਿਸਾਬ ਨਾਲ ਕਿਹੜਾ ਦਾ ਕੰਮ ਜ਼ਿਆਦਾ ਵਧੀਆ ਅਮਿਤ ਵੇਜ ਜੀ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਸਰ ਨਾਲ ਪੜ੍ਹੇ ਲਿਖੇ ਇਨਸਾਨ ਨਾ ਬਹੁਤ ਵਧੀਆ ਜੀ ਸਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡੇ ਵਾਰਡ ਦੇ ਵਿੱਚ ਕਿੰਨੇ ਕੇ ਜਿਹੜੇ ਨੌਜਵਾਨ ਹੈ ਤੁਹਾਡੀ ਨਜ਼ਰ ਦੇ ਵਿੱਚ ਬੇਰੁਜ਼ਗਾਰ ਫਿਰ ਰਹੇ ਨੇ ਜਾਂ ਜਦੋਂ ਆਪਣੇ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇਵਾਂਗੇ ਤੇ ਉਹਦਾ ਕਿੱਥੋਂ ਤੱਕ ਅਮਲ ਕੀਤਾ ਗਿਆ ਆ ਤੇ ਤੀਸਰੀ ਗੱਲ ਕਿ ਜਿਹੜੇ ਆਪਣੇ ਪਠਾਨਕੋਟ ਦੇ ਵਿੱਚ ਘਰ ਘਰ ਨੌਕਰੀ ਦੇਣ ਦੇ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਸਾਹਮਣੇ ਇੱਕ ਫੈਕਟਰੀ ਖੋਲੀ ਗਈ ਹੈ ਇੱਥੇ ਪੈਪਸੀਕੋ ਤੇ ਉਸ ਪੈਪਸੀਕੋ ਦੀ ਫੈਕਟਰੀ ਆ ਉਹਦੇ ਵਿੱਚ ਤੁਹਾਡੀ ਵਾਰਡ ਦੇ ਕਿੰਨੇ ਨੌਜਵਾਨ ਕੰਮ ਕਰ ਰਹੇ ਨੇ ਕਾਫੀ ਲੋਕ ਮੁੰਡੇ ਆ ਇੰਟਰਵਿਊ ਦਿੱਤੇ ਸੀ ਦੋ ਚਾਰ ਮੁੰਡੇ ਹੋਏ ਆ ਗੈਸਟ ਉਹਦੇ ਚ ਐਸੀ ਗੱਲ ਨਹੀਂ ਹੈ ਜੀ ਪਰ ਉਹ ਮੌਸਮ ਦੇ ਹਿਸਾਬ ਨਾਲ ਉਹਨਾਂ ਨੇ ਵੀ ਆਪਣੇ ਦੇਖਣਾ ਹੁੰਦਾ ਇੱਕ ਤੇ ਉਹ ਪ੍ਰਾਈਵੇਟ ਕਰ ਦਿੱਤੀ ਗਈ ਹੈ ਜਿਸ ਤਰ੍ਹਾਂ ਸੁਣਿਆ ਜੀ ਤੇ ਵੀ ਥੋੜੇ ਬੋਤੇ ਪੰਜ ਸੱਤ ਮੁੰਡੇ ਕਰਦੇ ਕੰਮ ਬਾਕੀਆਂ ਨਾਲ ਵੀ ਤੇਰ ਜੂਮ ਵਗੈਰਾ ਜੀ ਚਲੋ ਜਦੋਂ ਹੋਏਗਾ ਦੇਖੀਏ ਤੇ ਤੁਸੀਂ ਕਿੰਨੇ ਕੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜਾ ਬੇਰੋਜ਼ਗਾਰੀ ਦਾ ਮੁੱਦਾ ਹੈ ਬਹੁਤ ਹੀ ਵੱਡਾ ਮੁੱਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਤੁਸੀਂ ਕਿੰਨੇ ਕੀ ਕੋਸ਼ਿਸ਼ ਕਰ ਰਹੇ ਹੋ ਕਿ ਆਪਣੇ ਜਿਹੜੀ ਵਾਰਡ ਦੇ ਘੱਟੋ ਘੱਟ ਆਪਣੇ ਵਾਰਡ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਕਿਸੇ ਰੁਜ਼ਗਾਰ ਦਵਾਉਣ ਦੀ ਲਈ ਪਿੱਛੇ ਜੀ ਹੁਣ ਆਪਣੇ ਰੁਜ਼ਗਾਰ ਮੇਲੇ ਵੀ ਲੱਗ ਰਹੇ ਨੇ ਥਾਂ ਥਾਂ ਤੇ ਕਾਲਜਾਂ ਦੇ ਉੱਤੇ ਤੇ ਤੁਹਾਡੇ ਵਾਰਡ ਦੇ ਕਿੰਨੇ ਕੁ ਨੌਜਵਾਨ ਉੱਥੇ ਤੱਕ ਪਹੁੰਚ ਰਹੇ ਨੇ ਸਾਡੇ ਵਾਰਡ ਦੇ 15-20 ਮੁੰਡਿਆਂ ਨੇ ਇੰਟਰਵਿਊ ਦਿੱਤੇ ਵੀ ਜੀ ਪਰ ਕਈਆਂ ਨੂੰ ਦੂਰ ਦੂਰ ਸੁੱਟਦੇ ਆ ਜਿਸ ਤਰ੍ਹਾਂ ਲੁਧਿਆਣਾ ਹੋ ਗਿਆ ਚੰਡੀਗੜ੍ਹ ਹੋ ਗਿਆ ਜੀ ਤੇ ਉਨੀ ਕੁ ਸੈਲਰੀ ਨਹੀਂ ਮਿਲਦੀ ਜਿੰਨੇ ਨਾਲ ਉੱਥੇ ਜਾ ਕੇ ਅਡਜਸਟ ਹੋਣ ਜੀ ਅਸੀਂ ਚਾਹੁੰਦੇ ਵੀ ਲੋਕਲ ਬੇਸ ਤੇ ਮਿਲ ਜੇ ਜੀ ਨੌਕਰੀ ਤੇ ਵਧੀਆ ਜੀ ਸਰ ਸਰ ਇੱਕ ਬਹੁਤ ਹੀ ਵੱਡਾ ਮੁੱਦਾ ਹੈ ਜਿਹੜਾ ਨਸ਼ਾ ਪਿਛਲੇ 10 ਸਾਲਾਂ ਦੇ ਜਿਹੜੀ ਸਰਕਾਰ ਸੀਗੀ ਉਸ ਟਾਈਮ ਦੇ ਵਿੱਚ ਜਿਹੜਾ ਨਸ਼ਾ ਸ਼ਰੇਆਮ ਲੋਕੀ ਕਹਿੰਦੇ ਕਿ ਵਿਕਿਆ ਆ ਠੀਕ ਹੈ ਜੀ ਇਸ ਨਸ਼ੇ ਨੇ ਜਿਹੜੇ ਪੰਜਾਬ ਦੀ ਜਿਹੜੀ ਜਵਾਨੀ ਆ ਉਹਨੂੰ ਹੌਲੀ ਹੌਲੀ ਖਰਾਬ ਕਰਤਾ ਜੀ ਬਿਲਕੁਲ ਹੀ
ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਅਸੀਂ ਜਿਹੜੇ ਨਸ਼ੇ ਨੂੰ ਜੜ ਤੋਂ ਜਲਦੀ ਖਤਮ ਕਰ ਦਾਂਗੇ ਤੇ ਤੁਹਾਡੇ ਹਿਸਾਬ ਨਾਲ ਪਠਾਨਕੋਟ ਸ਼ਹਿਰ ਦੇ ਵਿੱਚ ਤੁਹਾਡੇ ਵਾਰਡ ਦੇ ਵਿੱਚ ਨਸ਼ਾ ਬਿਲਕੁਲ ਖਤਮ ਹੋ ਚੁੱਕਿਆ ਜਾਂ ਕਿਵੇਂ? ਨਹੀਂ ਜੀ, ਨਸ਼ਾ ਤੇ ਬਹੁਤ ਚੱਲ ਰਿਹਾ ਇੱਥੇ ਪਠਾਨਕੋਟ 'ਚ। ਚਿੱਟਾ ਬਹੁਤ ਮਸ਼ਹੂਰ ਆ, ਅਸੀਂ ਤੇ ਚਲੋ ਦੇਖਿਆ ਹੀ ਨਹੀਂ ਹੈ ਜੀ, ਪਰ ਉਹਦਾ ਪ੍ਰਭਾਵ ਜ਼ਿਆਦਾ, ਬਹੁਤ ਨਸ਼ੇ ਕਰਦੇ ਲੜਕੇ ਇੱਥੋਂ, ਬੇਰੁਜ਼ਗਾਰੀ ਹੈ ਕਰਨ ਦੀ ਜੀ ਜੀ ਕਾਰੋਬਾਰ ਛੋਟਾ ਮੋਟਾ ਕਰ ਲੋ ਜੀ, ਨਸ਼ਿਆਂ 'ਚ ਨਾ ਪਵੋ, ਦਿਹਾੜੀ ਲਾ ਲੋ ਜਿੱਦਾਂ ਮਰਜ਼ੀ ਜੀ। ਸਰ ਪਿੱਛੇ ਜੀ ਇੱਕ ਬਹੁਤ ਹੀ ਅਸੀਂ ਬੁਰਾ ਸਮਾਂ ਬਿਤਾਇਆ ਹੈ ਲੋਕਡਾਊਨ ਦਾ, ਕਰੋਨਾ ਦੇ ਕਰਕੇ, ਕਰੋਨਾ ਦੀ ਬਿਮਾਰੀ ਨੇ ਸਾਡੇ ਦੇਸ਼ ਤੇ ਸਾਡੇ ਪੰਜਾਬ ਤੇ, ਯਾਨੀ ਕਿ ਸਾਡੇ ਪਠਾਨਕੋਟ ਤੇ ਵੀ ਬਹੁਤ ਹੀ ਬੁਰਾ ਕਹਿਰ ਆਇਆ, ਤੇ ਤੁਸੀਂ ਇਸ ਲੋਕਡਾਊਨ ਦੇ ਵਿੱਚ ਮਿਲ ਕੇ ਆਪਣੇ ਵਾਰਡ ਦੇ ਲੋਕਾਂ ਦੀ ਕਿੰਨੀ ਕੁ ਹੈਲਪ ਕੀਤੀ ਤੇ ਕਿਵੇਂ ਦੀ? ਆਪਣੇ ਵਾਰਡ 'ਚ ਅਸੀਂ ਰਾਸ਼ਨ ਵਗੈਰਾ ਵੰਡਿਆ ਜੀ, ਲੰਗਰ ਵੀ ਉਹ 15-20 ਦਿਨ ਅਸੀਂ ਚਲਾਇਆ ਆਪਣੇ ਪੱਲਿਓ ਮੁੰਡੇ ਨਾਲ, 5-7 ਗਰੁੱਪ ਰਲ ਕੇ ਜੀ ਲੰਗਰ ਵੀ ਭੇਜਿਆ, ਕੱਚਾ ਰਾਸ਼ਨ ਵੀ MLA ਸਾਹਿਬ ਨੇ ਭੇਜਿਆ ਸੀ ਜੀ, ਉਹ 150-200 ਬੈਗ ਅਸੀਂ ਵੰਡੇ ਜੀ ਸਰ, ਜਿਹਨਾਂ ਨੂੰ ਜ਼ਰੂਰਤ ਸੀ ਮੌਕੇ ਦੇ ਹਿਸਾਬ ਨਾਲ ਜੀ, ਉਹ ਅਸੀਂ ਵਪੀਲ ਕੀਤਾ ਉੱਥੇ ਜੀ ਸਰ, ਆਪਣੇ ਵਾਰਡ 'ਚ ਜਿੰਨੀ ਮਦਦ ਕਹੀ ਆ ਉਹਨਾਂ ਨੇ ਕੀਤੀ ਆ ਜੀ ਸਰ। ਸਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਇੱਕ ਬਿਮਾਰੀ ਹੈ ਹੁਣ ਪਠਾਨਕੋਟ ਦੇ ਵਿੱਚ ਫੈਲ ਰਹੀ ਹੈ ਡੇਂਗੂ ਦੀ, ਬਹੁਤ ਹੀ ਜ਼ਿਆਦਾ ਥਾਂ ਥਾਂ ਤੇ ਗੰਦੀਆਂ ਨਾਲੀਆਂ ਦੇ ਵਿੱਚ ਮੱਛਰ ਨੇ, ਨਾ ਕੋਈ ਇੱਥੇ ਫੋਗਿੰਗ ਕੀਤੀ ਜਾ ਰਹੀ ਹੈ ਪ੍ਰੋਪਰ, ਕਈ ਥਾਵਾਂ ਦੇ ਉੱਤੇ ਮੈਂ ਵੇਖ ਕੇ ਆਇਆ, ਤੁਹਾਡੇ ਵਾਰਡ ਦੇ ਵਿੱਚ ਕਿਵੇਂ ਦੇ ਹਾਲਾਤ ਨੇ? ਸਾਡੇ ਵਾਰਡ 'ਚ ਹਾਲੇ ਪਿੱਛੇ ਜੀ ਸਾਡੇ ਵਾਰਡ 'ਚ ਵੈਸੇ ਤੇ ਕੋਈ ਇੱਕਾ ਦੁੱਕਾ ਕੇਸ ਹੈ ਜਿਹੜੇ ਹੋਏ ਆ, ਪਰ ਉਹ ਕਲੀਅਰ ਹੈ, ਠੀਕ ਹੈ ਠੀਕ ਹੈ ਜੀ। ਬਾਕੀ ਸਪਰੇ ਵਾਲੀ ਵੀ ਆਉਂਦੀ ਹੈ, ਮਸ਼ੀਨ ਆਉਂਦੀ ਹੈ ਇੱਥੇ ਜੀ ਸਰ, ਮਹੀਨੇ 'ਚ 3-4 ਵਾਰ ਤੇ ਆ ਹੀ ਜਾਂਦੀ ਹੈ ਜੀ, ਕਾਰਪੋਰੇਸ਼ਨ ਵੱਲੋਂ ਆਉਂਦੀ ਹੈ ਜੀ, ਸਪਰੇ ਵੀ ਹੁੰਦੀ ਹੈ ਜੀ। ਸਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੇ ਆਪਣੇ ਆਪੀ ਨੇ ਸ਼੍ਰੀ ਸਨੀ ਦਿਓਲ ਜੀ, ਤੇ ਤੁਸੀਂ ਉਹਨਾਂ ਦੇ ਜ਼ਰੀਏ ਕੋਈ ਕੰਮ ਕਰਵਾਇਆ ਇੱਥੇ ਆਪਣੇ ਪਠਾਨਕੋਟ ਦੇ ਵਿੱਚ, ਤੁਹਾਨੂੰ ਲੱਗ ਰਿਹਾ ਕਿ ਉਹਨਾਂ ਨੇ ਕਿਸੇ ਨਾ ਕਿਸੇ ਪਾਸੇ ਕੋਈ ਕੰਮ, ਤੁਸੀਂ 2-4 ਕੰਮ ਕਰਾ ਦੋ ਕਿ ਉਹਨਾਂ ਨੇ ਕੋਈ ਕੰਮ ਕੀਤਾ ਹੋਇਆ? ਨਹੀਂ ਨਹੀਂ, ਕੋਈ ਉਹਨਾਂ ਦੇ ਦਰਸ਼ਨ ਹੀ ਨਹੀਂ ਹੋਏ, ਦਰਸ਼ਨ ਨਹੀਂ ਹੋਏ, ਇਧਰ ਆਏ ਨਹੀਂ ਉਹ, ਇਲੈਕਸ਼ਨ ਦੇ ਦੌਰਾਨ 1-2 ਵਾਰ ਮਿਲੇ, ਉਸ ਤੋਂ ਬਾਅਦ ਤੇ ਦਰਸ਼ਨ ਹੀ ਨਹੀਂ ਹੋਏ, ਬਾਰ ਬਾਰ ਹੀ ਦੇਖਿਆ, ਅੰਦਰ ਮਹੱਲਿਆਂ 'ਚ ਨਹੀਂ ਆਏ, ਗਰੀਬ ਜਨਤਾ ਨੂੰ ਨਹੀਂ ਦੇਖਿਆ, ਚਲੋ ਅੰਤ ਵਰਜਿਆ ਫਿਰ ਵੀ ਗਲੀਆਂ ਗਲੀਆਂ 'ਚ ਗਏ ਆ, ਉਹਨਾਂ ਗਰੀਬਾਂ ਨੂੰ ਦੇਖਿਆ ਜੀ। ਇੱਕ ਨਾ ਬਹੁਤ ਹੀ ਵੱਡਾ ਮੁੱਦਾ ਸਾਡੇ ਦੇਸ਼ ਦਾ ਖੜਾ ਹੋਇਆ ਹੋਇਆ, ਪਾਰਲੀਮੈਂਟ ਦੇ ਵਿੱਚ ਪਿੱਛੇ ਜੀ ਬਿੱਲ ਪਾਸ ਹੋਇਆ ਕਿਸਾਨ ਆਰਡੀਨੈਂਸ ਬਿੱਲ, ਜਿਹਦਾ ਕਿ ਸਾਡੇ ਪੰਜਾਬ ਭਰ ਦੇ ਕਿਸਾਨ ਡਟ ਕੇ ਵਿਰੋਧ ਕਰ ਰਹੇ ਨੇ, ਕੱਲ੍ਹ ਵੀ ਆਪਣੇ ਪਠਾਨਕੋਟ ਲੱਗਿਆ ਜਾਮ ਕੀਤਾ ਸੀ ਉਹਨਾਂ ਨੇ, ਤੇ ਤੁਸੀਂ ਇਸ ਬਿੱਲ ਬਾਰੇ ਕਿੰਨਾ ਕੁ ਜਾਣਦੇ ਹੋ, ਤੁਸੀਂ ਕਿਸਾਨਾਂ ਦੇ ਨਾਲ ਹੋ ਜਾਂ ਤੁਹਾਡੇ ਹਿਸਾਬ ਨਾਲ ਇਹ ਮੋਦੀ ਸਰਕਾਰ ਵੱਲੋਂ ਜਿਹੜਾ ਬਿੱਲ ਪਾਸ ਕੀਤਾ ਗਿਆ ਕਿੰਨਾ ਕੁ ਠੀਕ ਹੈ? ਬਹੁਤ ਹੀ ਜ਼ਿਆਦਾ ਗਲਤ ਹੈ ਜੀ ਜੀ, ਕਿਸਾਨ ਇਹ ਨਹੀਂ ਕਿ ਪੰਜਾਬ ਇੱਕ ਇਸ ਤਰ੍ਹਾਂ ਦਾ ਜਿਹੜਾ ਪੂਰੇ ਹਿੰਦੁਸਤਾਨ ਨੂੰ ਅੰਨ ਪੈਦਾ ਕਰਕੇ ਖਾਣਾ ਖਵਾ ਸਕਦੇ ਜੀ, ਪਰ ਉਹਨਾਂ ਦੇ ਖਿਲਾਫ ਜਿਹੜਾ ਇਹ ਕੰਮ ਕੀਤਾ ਬਹੁਤ ਹੀ ਗਲਤ ਹੈ ਜੀ, ਅਸੀਂ ਕਿਸਾਨਾਂ ਨਾਲ ਹੈ ਜੀ, ਕਿਉਂਕਿ ਕਿਸਾਨ ਇੱਕ ਐਸੀ ਚੀਜ਼ ਆ ਉਹ ਪੂਰੇ ਹਿੰਦੁਸਤਾਨ ਨੂੰ ਖਾਣਾ ਖਵਾ ਸਕਦੇ ਆ, ਪਰ ਇਹਨਾਂ ਨੇ ਕਿਸਾਨਾਂ ਦੇ ਖਿਲਾਫ ਹੀ ਉਹ ਬਿੱਲ ਜੇ ਪਾਸ ਕਰਤੇ, ਸਾਨੂੰ ਕੋਈ ਚੰਗਾ ਨਹੀਂ ਸਮਝਦੇ ਜੀ। ਸਰ ਤੁਸੀਂ ਦੱਸੋ ਕਿ ਜਿਹੜੀ ਮੋਦੀ ਸਰਕਾਰ ਆਪਣੇ ਸੈਂਟਰ ਦੇ ਵਿੱਚ ਕੰਮ ਕਰ ਰਹੀ ਹੈ, ਤੁਹਾਡੇ ਹਿਸਾਬ ਨਾਲ ਕਿਵੇਂ ਦਾ ਕੰਮ ਕਰ ਰਹੀ ਹੈ, ਤੇ ਤੁਸੀਂ 10 ਦੇ ਵਿੱਚੋਂ ਮੋਦੀ ਸਰਕਾਰ ਨੂੰ ਕਿੰਨੇ ਨੰਬਰ ਦਿਓਗੇ? ਅਸੀਂ ਤੇ ਮੋਦੀ ਸਾਹਿਬ ਨੂੰ ਕੋਈ ਨੰਬਰ ਨਹੀਂ ਦਿੰਦੇ, ਕਿਉਂਕਿ ਉਹਨਾਂ ਨੇ ਨੋਟਬੰਦੀ ਪਹਿਲਾਂ ਕਰਤੀ ਹੈ ਜੀ, ਉੱਪਰੋਂ ਬੇਰੋਜ਼ਗਾਰੀ ਬਹੁਤ ਹੈ ਜੀ, ਤੇ ਲੋਕਡਾਊਨ 'ਚ ਸਾਰੇ ਜਿਹੜੇ ਕੰਮ ਕਰਦੇ ਸੀ ਉਹ ਵੀ ਵਿਚਾਰੇ ਵਿਹਲੇ ਹੋ ਗਏ, ਕੰਮ ਨਹੀਂ ਕਾਰੋਬਾਰ ਬੰਦ ਸਾਰੇ ਜੀ ਸਰ, ਮੋਦੀ ਸਾਹਿਬ ਨੂੰ ਕੋਈ ਨੰਬਰ ਨਹੀਂ ਮਿਲੇਗਾ। ਤੇ ਤੁਸੀਂ ਇਸੇ ਜੇ ਆਪਾਂ ਪੁੱਛੀਏ ਕਿ ਕੈਪਟਨ ਸਾਹਿਬ ਦੇ ਕੰਮਾਂ ਨੂੰ ਤੁਸੀਂ ਕਿੰਨੇ ਨੰਬਰ ਦਿਓਗੇ 10 ਦੇ ਵਿੱਚੋਂ? 10 ਦੇ ਵਿੱਚੋਂ 5 ਨੰਬਰ ਤੇ ਦੇਣੇ ਹੀ ਪੈਣੇ ਆ, ਕਿਉਂਕਿ ਐਂ ਵੀ ਕਾਂਗਰਸ ਪਾਰਟੀ ਨੇ ਉਹ ਕਾਂਗਰਸ ਸਰ ਪਾਰਟੀ ਨੂੰ ਛੱਡ ਕੇ ਤੁਸੀਂ ਇੱਕ ਇੰਡੀਵਿਜੂਅਲੀ ਤੁਸੀਂ ਆਪਣੇ ਆਸ-ਪਾਸ ਵੇਖੋ ਕਿ ਕਿੰਨੇ ਕੰਮ ਹੋਏ ਆ, ਤੁਹਾਡੇ ਹਿਸਾਬ ਨਾਲ ਕਿੰਨੇ ਨੰਬਰ ਦੇਣੇ ਚਾਹੀਦੇ ਜੇ ਇੱਕ ਆਮ ਬੰਦਾ ਉਹਨਾਂ ਨੂੰ ਨੰਬਰ ਦੇ ਦੇ? ਨੰਬਰ 5 ਨੰਬਰ ਦੇ ਦਿੱਤੇ ਜਾਣਗੇ, 5 ਨੰਬਰ ਤੋਂ ਵੀ ਵਧੀਆ। ਠੀਕ ਹੈ ਸਰ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਮੈਮ ਦੁਬਾਰਾ ਚੋਣਵੀ ਮੈਦਾਨ ਦੇ ਵਿੱਚ ਉਤਰੇ ਹੋ ਕਿ? ਹਲੇ ਦੇਖੋ ਬੱਚੇ, ਬਾੜ ਮੈਨੂੰ ਸਿਰਫ ਇਹੋ ਲੜੀ ਪਈ ਆ ਜੀ, ਠੀਕ ਆ, ਬਾਕੀ ਮੈਨੂੰ ਪਰੇ ਪਰੇ ਪਿਆ ਜੀ, ਕਾਫੀ ਦੂਰ ਦੂਰ ਹੀ ਪਿਆ ਸਾਂ ਕਰ। ਜਿਹੜੀ ਇਹ ਬਾੜ ਬੰਦੀ ਨਵੀਂ ਕੀਤੀ ਗਈ ਹੈ, ਤੁਸੀਂ ਇਹ ਤੋਂ ਕਿੰਨੇ ਕੁ ਸਹਿਮਤ ਹੋ ਕਿ ਠੀਕ ਹੈ? ਬਾੜ ਇਹ ਗਲਤ ਢੰਗ ਦਾ ਬਾੜ ਨਹੀਂ ਹੈ, ਨਾ ਇੱਥੇ ਤਾਂ ਵੋਟਾਂ ਹੀ ਨਹੀਂ ਆਉਣੀਆਂ, ਸਮਝੋ ਵੀ ਨਵੀਆਂ ਬਾੜਾਂ ਦੇ ਦਿੱਤੀਆਂ ਉੱਥੇ ਸਾਡੀ ਪਰਛਾਲ ਹੀ ਨਹੀਂ ਜੀ, ਜਿੱਥੇ ਅਸੀਂ ਕੰਮ ਕਰਵਾਏ ਦੇ ਆ ਜੀ ਜੀ, ਉਮੀਦ ਕਰਦੇ ਕਿ ਜੇ ਅਸੀਂ ਤੁਸੀਂ ਦੁਬਾਰਾ ਇਲੈਕਸ਼ਨ ਦੇ ਵਿੱਚ ਖੜਦੇ ਹੋ, ਦੁਬਾਰਾ ਤੁਸੀਂ MC ਬਣਦੇ ਹੋ, ਪਤਾ ਕੀ ਹੁੰਦਾ ਇਹ ਤੇ ਦੁਨੀਆ ਆ, ਹੁਣ ਐਤੀ ਦੁਨੀਆ ਕਿ ਵਤਾ ਵੋਟਾਂ ਪਾਣੀਆਂ ਜਾਨੀਆਂ ਪਾਣੀਆਂ ਸਾਡੇ ਮੰਤਰੀ ਜੀ, ਅਸੀਂ ਫਿਰ ਵੀ ਆਪਾਂ ਜੇ ਇਮੇਜਿਨ ਕਰਦੇ ਕਿ ਤੁਸੀਂ ਦੁਬਾਰਾ MC ਬਣ ਜਾਂਦੇ ਹੋ ਇਸ ਵਾਰ ਦੇ, ਉਹ ਲੋਕ ਬਣਾਣਗੇ ਬੱਚੋ ਅੱਗੇ, ਮੈਨੂੰ ਲੋਕਾਂ ਨੇ ਚੁਣਿਆ ਜੀ ਬਿਲਕੁਲ, ਤੇ ਅਜਿਹੇ ਕਿਹੜੇ ਕੰਮ ਜਿਹੜੇ ਰਹਿ ਗਏ ਨੇ ਜਿਹੜੇ ਤੁਸੀਂ ਚਾਹੁੰਦੇ ਕਿ ਅਸੀਂ ਦੁਬਾਰਾ ਕਰੀਏ? ਰਹਿ ਗਏ ਨੇ ਕੋਈ ਨਹੀਂ, ਉਹ ਵੀ ਉਹਨਾਂ ਨੇ ਬਣਾ ਦੇਣੀਆਂ ਜੀ,
ਸਿਲੈਕਸ਼ਨ ਅਕੋਰਡਿੰਗ ਮੈਂ ਪਰੇਸ਼ਾਨ ਆ ਪਈ ਮੈਨੂੰ ਵਾਰ ਨੀ ਮਿਲੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਜਿਹੜੀ ਵਾਰਡ ਦੀ ਜਿਹੜੀ ਪ੍ਰੋਬਲਮ ਹੈ ਇਹਨੂੰ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਕਿਉਂਕਿ ਹਰ ਜਿਹੜੇ ਜਿੰਨੇ ਵੀ ਆਪਣੇ ਟੋਟਲੀ ਮੈਕਸੀਮਮ ਐਮਸੀ ਨੇ ਉਹਨਾਂ ਦੀ ਇਹੀ ਪ੍ਰੋਬਲਮ ਹੈ ਕਿ ਜਿਹੜੀ ਇਹ ਨਵੀਂ ਵਾਰਡਬੰਦੀ ਕੀਤੀ ਗਈ ਹੈ ਇਹ ਬਿਲਕੁਲ ਗਲਤ ਕੀਤੀ ਗਈ ਹੈ ਕਿਉਂਕਿ ਜਿੱਥੇ ਉਹਨਾਂ ਨੇ ਕੰਮ ਕਰਵਾਏ ਹੋਏ ਨੇ ਤੇ ਉੱਥੋਂ ਦੇ ਲੋਕ ਹੀ ਉਹਨਾਂ ਨੂੰ ਦੁਬਾਰੇ ਵੋਟ ਪਾਉਣਗੇ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਠੀਕ ਹੈ ਜੇ ਇਹ ਵਾਰਡਬੰਦੀ ਚੇਂਜ ਕਰ ਦਿੱਤੀ ਜਾਏਗੀ ਤੇ ਨਵੀਂ ਵਾਰਡ ਤੇ ਫਿਰ ਉਹਨਾਂ ਨੂੰ ਇਲੈਕਸ਼ਨ ਲੜਨ ਦੇ ਵਿੱਚ ਮੁਸ਼ਕਲ ਹੈ ਕਿਉਂਕਿ ਉੱਥੋਂ ਦੇ ਲੋਕ ਜਿਹੜੇ ਦੂਸਰੀ ਵਾਰਡ ਦੇ ਲੋਕ ਉਹਨਾਂ ਨੂੰ ਘੱਟ ਜਾਂਦੇ ਨੇ ਸੋ ਦਰਸ਼ਕੋ ਸਾਡੇ ਨਾਲ ਅੱਜ ਮੌਜੂਦ ਸੀ ਵਾਰਡ ਨੰਬਰ 35 ਪਠਾਨਕੋਟ ਤੋਂ ਐਮਸੀ ਮੈਡਮ ਕਮਲੇਸ਼ ਜੀ ਤੇ ਉਹਨਾਂ ਦੇ ਸਨ ਸ਼੍ਰੀ ਰਾਜਕੁਮਾਰ ਜੀ ਮੈਡਮ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪ੍ਰੋਗਰਾਮ ਰਾਹੀਂ ਸਾਡੇ ਦਰਸ਼ਕਾਂ ਨਾਲ ਜੁੜੇ ਸੋ ਦਰਸ਼ਕੋ ਮੈਂ ਰਮਨਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ਤੇ ਜੇ ਤੁਹਾਡੇ ਖੇਤਰ ਦੇ ਵਿੱਚ ਤੁਹਾਡੇ ਨੇੜੇ ਤੇੜੇ ਕੋਈ ਅਜਿਹੇ ਨੇਤਾ ਨੇ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਸਾਡੇ ਪ੍ਰੋਗਰਾਮ ਰਾਹੀਂ ਤਾਂ ਸਾਡੇ ਥੱਲੇ ਦਿੱਤੇ ਗਏ ਨੰਬਰਾਂ ਤੇ ਜ਼ਰੂਰ ਕਾਲ ਕਰੋ ਮੈਂ ਰਮਨਦੀਪ ਟੀ ਆਰ ਐਨ ਨਿਊਜ਼ ਤੋਂ ਧੰਨਵਾਦ